ਸੋ ਹੈਲੋ ਦੋਸਤੋ, ਸਾਰੇ ਬਾਈਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਸੋ ਬਾਈ ਜੀ, ਮੈਂ ਤੁਹਾਡਾ ਆਪਣਾ ਦੇਬੂ ਫੋਰਮੈਨ। ਸੋ ਬਾਈ ਜੀ, ਜਿਸ ਕੰਬਾਈਨ ਨੂੰ ਆਪਾਂ ਰਿਪੇਅਰ ਵਾਸਤੇ ਖੋਲ੍ਹੀ ਸੀ, ਸੋ ਤਕਰੀਬਨ ਕਰਮ ਵਾਲੀ ਫਿੱਟ ਹੋ ਗਈ ਹੈ ਔਰ ਸਾਰਾ ਸਮਾਨ ਹੈ ਜੋ ਰੈਡੀ ਫੈਡੀ ਇਹਨਾਂ ਨੇ ਕਰਕੇ ਰੱਖਿਆ ਔਰ ਅਸੀਂ ਫਿੱਟ ਵੀ ਕਰਤਾ ਬਾਈ ਜੀ। ਜੋ ਬਸ ਇੱਕ ਐਲੀਵੇਟਰ ਰਹਿ ਗਿਆ ਪਾਉਣ ਵਾਲਾ ਔਰ ਸਾਰੀ ਫਰਮ ਬਾਡੀ ਨਵੀਂ ਬਣ ਗਈ ਇਹਦੀ। ਔਰ ਜਿਸ ਦਿਨ ਆਪਾਂ ਪਹਿਲੀ ਵੀਡੀਓ ਬਣਾਈ ਸੀ ਬਾਈ ਜੀ, ਉਸ ਦਿਨ ਤੁਹਾਨੂੰ ਪਤਾ ਸਾਰੀ ਖਾਲੀ ਅੰਦਰੋਂ ਕੀਤੀ ਹੋਈ ਸੀ ਔਰ ਹੁਣ ਮਸ਼ੀਨ ਤਕਰੀਬਨ ਭਰ ਚੁੱਕੀ ਹੈ। ਬੈੱਡ ਬੁੱਡ ਥਰੈਸਰ ਥਰੂਸਰ ਸਾਰਾ ਕੁਛ ਪੈ ਗਿਆ ਬਾਈ ਜੀ। ਮੈਂ ਪਲੇਟਾਂ ਰਹਿ ਗਈਆਂ ਲਾਉਣ ਵਾਲੀਆਂ ਔਰ ਪੀਟਰ ਸਾਡਾ ਰਹਿ ਗਿਆ ਤਿਆਰ ਕਰਨ ਵਾਲਾ ਅਤੇ ਡਕਸ਼ਨ ਡੁਕਸ਼ਨ ਰਹਿ ਗਈਆਂ ਥੋੜ੍ਹੀਆਂ ਬਹੁਤੀਆਂ ਚੈੱਕ ਕਰਨ ਵਾਲੀਆਂ, ਬਾਕੀ ਸਾਰਾ ਸਮਾਨ ਤਕਰੀਬਨ ਫਿੱਟ ਕਰਤਾ ਹੈ। ਔਰ ਇੱਧਰ ਜੋ ਬਣਨਾ ਸੀ ਉਹ ਨਵਾਂ ਬਣਾ ਕੇ ਧਰੀ ਜਾ ਰਹੇ। ਦੇਖੋ ਐਲੀਵੇਟਰ ਵੀ ਨਵਾਂ ਬਣ ਗਿਆ, ਬਸ ਚੜਾਉਣਾ ਹੈ। ਸੋ ਇਸ ਕੰਪੈਨ ਦੀ ਰਿਪੇਅਰ ਹੋ ਗਈ ਹੈ, ਘੱਟ ਤੋਂ ਘੱਟ ਵੀ 10-15 ਦਿਨ ਹੋ ਗਏ ਸਾਨੂੰ ਲੱਗੇ ਨੂੰ। ਇਹਦਾ ਖਾਸੀ ਕੰਮ ਸੀ ਬਾਈ ਜੀ ਕਰਨ ਵਾਲਾ ਔਰ ਦੁਕਾਨ ਵੀ ਦਿਖਾ ਦੀ ਤੁਹਾਨੂੰ ਬਾਈ ਜੀ। ਸਮਾਧਾਂ ਖਰਕਾ ਰੋਡ ਦੇ ਉੱਤੇ ਬਾਈ ਗੁਰਮੇਲ ਦੀ ਦੁਕਾਨ ਹੈ ਬਾਈ ਜੀ, ਪਿੰਡ ਪਹਾੜਪੁਰ ਤੋਂ, ਆਪਣੇ ਪਿੰਡ ਤੋਂ ਹੀ ਔਰ